ਬੇਜ਼ਾਬੀ ਟੋਟੇ ਹੁਣ ਫੇਜ਼ ਵਿੱਚ। ਰਾਤ ਬਾਈ ਤੁਸੀਂ ਚਾਈਨਾ ਦੇ ਮੋਬਾਈਲ ਨਾਲੋਂ ਬਹੁਤਾ ਦੁਨੀਆ 'ਚ ਮਸ਼ਹੂਰ ਹੋ ਗਏ ਜੇ, ਆ ਜਿੰਨੀ ਮਹਿੰਗਾਈ ਹੋ ਗਈ ਹੈ ਤੁਹਾਨੂੰ ਵੀ ਕੋਈ ਇਹਦਾ ਫਰਕ ਪੈਂਦਾ ਕਿ ਨਹੀਂ? ਹਾਂਜੀ ਕਿਉਂ ਨਹੀਂ, ਮੈਨੂੰ ਵੀ ਬਹੁਤ ਫਰਕ ਪੈਂਦਾ, ਮੈਨੂੰ ਕਿਹੜਾ ਅਮਰੀਕਾ ਇਮਦਾਦ ਦਿੰਦਾ। ਅੱਲਾ ਮਾਫੀ ਦੇਵੇ, ਮੇਰੇ ਵਰਗਾ ਬੰਦਾ 20-25 ਲੱਖ ਰੁਪਇਆ ਕਮਾ ਕੇ ਤੇ ਮਸਾਂ ਦਾਲ ਰੋਟੀ ਖਾਂਦਾ, ਜੇ ਅਗਰ ਕਦੀ ਨਿੱਕਾ ਗੋਸ਼ਤ ਖਾਣਾ ਹੋਵੇ ਤੇ ਫਿਰ ਕਿਸੇ ਨਾ ਕਿਸੇ ਨੂੰ ਘੇਰ ਲਈਦਾ ਵਾ। ਮੇਰੇ ਕੋਲ ਇੱਕ ਵਾਜਾ ਵਾ, ਉਹਦਾ ਪੱਖਾ ਖਰਾਬ ਹੋਇਆ, ਮੇਰੇ ਕੋਲੋਂ ਠੀਕ ਨਹੀਂ ਕਰਾ ਹੋਇਆ, ਮੈਂ ਉਹਦੇ ਅੱਗੇ ਬਿਜਲੀ ਵਾਲਾ ਪੱਖਾ ਲਾ ਕੇ ਰਿਆਜ਼ ਕਰਦਾ। ਅੱਛਾ, ਜ਼ਿਆਦਾਤਰ ਤੇ ਤੁਸੀਂ ਇੰਡੀਆ 'ਚ ਰਹਿੰਦੇ ਹੋ, ਆਪਣਾ ਉੱਥੇ ਵੀ ਮਹਿੰਗਾਈ ਦਾ ਇਹੀ ਹਾਲ ਆ ਜਾਂ ਸਿਰਫ ਇਹ ਪਾਕਿਸਤਾਨ 'ਚ ਇੰਨੀ ਪਈ ਆ? ਨਹੀਂ, ਉੱਥੇ ਭਾਜੀ ਮਹਿੰਗਾਈ ਦਾ ਪਤਾ ਹੀ ਨਹੀਂ ਚੱਲਦਾ, ਕਿਉਂਕਿ ਉੱਥੇ ਮੈਂ ਆਪਣੇ ਪਲਿਓਂ ਕਦੀ ਕੋਈ ਪਾਨ ਵੀ ਨਹੀਂ ਲੈ ਕੇ ਖਾਧਾ। ਕੀ ਬਾਤ ਹੈ! ਉੱਥੇ ਤੇ ਮੇਰੇ ਚਾਹ ਨਾਲ ਹੀ ਬਹੁਤ ਆ, ਜਿਹਦੀ ਵਜ੍ਹਾ ਨਾਲ 3 ਟਾਈਮ ਮੇਰਾ ਰੋਟੀ ਦਾ ਕਿਤੇ ਨਾ ਕਿਤੇ ਜਿਕਾੜ ਲੱਗ ਜਾਂਦਾ।